right. It's hard to breathe, but that's alright. Hush. थैंक यू। आज सरप्राइज देता है बर्थडे का। सरप्राइज तो बहुत बढ़िया लगा है जी। गिफ्ट कितने या केक का ले आंदा तुसी? बच्चों के साथ बच्चे वाली चीजें। हां भाजी भी बर्थडे में सेलिब्रेट करने आए हैं। हरी भाजी हरी भाजी थैंक यू। ਸਤਿਕਾਲ ਨਮਸਤੇ ਔਰ ਕੀ ਹਾਲ ਚਾਲ ਆਪ ਸਭ ਦੇ। ਮੈਂ ਹਾਂ ਤੁਹਾਡਾ ਆਪਣਾ ਮਨਵੀਰ ਦੀ। ਅੱਜ ਮੇਰਾ ਸਾਰਾ ਬੱਚਿਆਂ ਨੇ ਬਰਥਡੇ ਸੈਲੀਬ੍ਰੇਟ ਕੀਤਾ ਹੈਗਾ। ਤੁਸੀਂ ਦੇਖ ਸਕਦੇ ਸਾਰੇ ਬੈਠੇ ਪਿੱਛੇ ਪੇਸਟਰੀ ਅਤੇ ਕੇਕ ਖਾ ਰਹੇ ਹੈਗੇ ਆ ਜੀ। ਅਤੇ ਵੀਡੀਓ ਨੂੰ ਜੇ ਤੁਹਾਨੂੰ ਪਸੰਦ ਆਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ। ਅਤੇ ਆਹ ਸਾਡਾ ਸਕੂਬੀ, ਤੁਸੀਂ ਦੇਖ ਸਕਦੇ ਅੱਜ ਮੇਰੇ ਫਸਟ ਟਾਈਮ ਇਹ ਵੀਡੀਓ ਦੇ ਵਿੱਚ ਆਇਆ ਹੈਗਾ। ਇਸ 'ਤੇ ਵੀ ਆਪਾਂ ਵੀਡੀਓ ਬਣਾਵਾਂਗੇ, ਵਲੋਗ ਸੋਹਣੇ ਸੋਹਣੇ ਬਣਾਵਾਂਗੇ ਸਾਡੇ ਸਕੂਬੀ 'ਤੇ। ਦੇਖ ਸਕਦੇ ਆ ਤੁਸੀਂ ਬਹੁਤ ਸ਼ਰਾਰਤੀ ਆ ਵੈਸੇ ਇਹ। ਇਸ ਟਾਈਮ ਕੈਮਰੇ ਮੋਹਰੇ ਨਹੀਂ ਇਹ ਆਉਂਦਾ ਕਦੇ ਵੀ। ਓਕੇ ਜੀ, ਟੇਕ ਕੇਅਰ, ਬਾਏ ਬਾਏ। ਬਾਕੀ ਵੀਡੀਓ ਤੁਸੀਂ ਅੱਗੇ ਦੁਬਾਰਾ ਫਿਰ ਦੇਖਿਓ ਜੀ। हाँ जी, वेलकम बैक जी। आ गया मैं बात लैके। अज यार वैसे मैं बहुत ज़्यादा लेट हो चुका है जी,
ਕਿਉਂਕਿ ਰਾਤ ਨੂੰ ਲੇਟ ਸੁੱਤਾ ਸੀਗਾ ਤੇ ਸਵੇਰੇ ਜਲਦੀ ਨਹੀਂ ਉੱਠ ਹੋਇਆ, ਮੈਂ ਤੋਂ ਲੇਟ ਉੱਠ ਹੋਇਆ ਸੀਗਾ ਤੇ ਤੁਹਾਨੂੰ ਪਤਾ ਹੈ ਜੀ ਛੋਟੀ ਦੀਵਾਲੀ ਆ। ਪਹਿਲਾਂ ਤੁਹਾਨੂੰ ਸਾਰਿਆਂ ਨੂੰ ਛੋਟੀ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਤੇ ਹੁਣ ਮੈਂ ਚਲਾ ਸੀਗਾ ਗੁਰਦੁਆਰਾ ਸਾਹਿਬ ਮੱਥਾ ਟੇਕਣ, ਕਿਉਂਕਿ ਸਵੇਰ ਦਾ ਜਾ ਨਹੀਂ ਹੋਇਆ ਹੈਗਾ ਗੁਰਦੁਆਰਾ ਸਾਹਿਬ, ਘਰ ਦੇ ਵੀ ਥੋੜ੍ਹੇ ਬਹੁਤ ਕੰਮ ਕਰਨ ਵਾਲੇ ਰਹਿੰਦੇ ਸੀਗੇ ਜੀ। ਤੇ ਆ ਜਾਓ ਤੁਹਾਨੂੰ ਲੈ ਕੇ ਚੱਲਦੇ ਗੁਰਦੁਆਰੇ ਦੇ ਦਰਸ਼ਨ ਕਰਵਾਉਣ। ਤੇ ਆਹ ਦੇਖ ਲਓ ਤੁਸੀਂ, ਟਾਈਮ ਦੇਖ ਸਕਦੇ ਹੈਗੇ ਆ ਕਿ ਕਾਫੀ ਟਾਈਮ ਹੋ ਚੁੱਕਾ ਆ ਜੀ, ਦੇਖ ਲਓ ਤੁਸੀਂ ਖੁਦ। ਹਾਂਜੀ ਕਿੱਥਾ ਜੀ, ਕੇਕ ਅਸੀਂ ਕੱਟ ਲਿਆ ਜੀ, ਨਾਲ ਪਾਪਾ ਦੀ ਵੀ ਫੋਟੋ ਰੱਖ ਲਈ ਹੈਗੀ ਆ ਜੀ, ਅਸੀਂ ਤੁਸੀਂ ਦੇਖ ਸਕਦੇ ਹੈਗੇ ਹਾਂ। ਅਤੇ ਆ ਜਾਓ ਹੁਣ ਅਸੀਂ ਆਪਾਂ ਅੱਗੇ ਸੈਲੀਬ੍ਰੇਟ ਕਰਦੇ ਹੈਗੇ ਹਾਂ। ਓਕੇ ਜੀ, ਟੇਕ ਕੇਅਰ ਜੀ।